ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਜਿਹੜੇ ਵੀ ਸਟੂਡੈਂਟ ਨੈਪ ਤਸੀਲਦਾਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡਾ ਪੇਪਰ 20 ਮਾਰਚ ਨੂੰ ਹੋਣ ਜਾ ਰਿਹਾ ਹੈ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਲਈ ਲੈ ਕੇ ਆਈਆਂ ਪੰਜਾਬ ਜੀਕੇ ਅਤੇ ਭਾਰਤੀ ਸੰਵਿਧਾਨ ਦਾ ਮੌਕ ਟੈਸਟ ਤੇ ਬਹੁਤ ਜ਼ਿਆਦਾ ਥੋੜੇ ਕੁਐਸਚਨ ਮੈਂ ਇਸ ਵੀਡੀਓ ਦੇ ਵਿੱਚ ਐਡ ਕੀਤੇ ਆ ਪਰ ਲੈ ਸਿਰਫ ਉਹੀ ਕੁਐਸਚਨ ਆ ਜਿਹੜੇ ਕਿ 99% ਚਾਂਸ ਆ ਤੁਹਾਡੇ ਪੇਪਰ ਦੇ ਵਿੱਚ ਆਉਣ ਦੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਸਾਰੇ ਹੀ ਕੁਐਸਚਨ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਆ ਤੇ ਹਰੇਕ ਵਾਰ ਇਹਨਾਂ ਦੇ ਵਿੱਚੋਂ ਕੁਐਸਚਨ ਆਉਂਦੇ ਹੀ ਆਉਂਦੇ ਆ ਕਿਉਂਕਿ ਬਹੁਤ ਜ਼ਿਆਦਾ ਚਾਂਸ ਹੈ ਇਹਦੇ ਵਿੱਚੋਂ ਦੇ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਬਾਰ-ਬਾਰ ਰਿਪੀਟ ਹੁੰਦੀ ਹੈ ਇਹ ਕੁਐਸਚਨ ਇਸ ਕਰਕੇ ਜਿਹੜੀ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜਿਹੜੇ ਵੀ ਸਟੂਡੈਂਟ ਨੈਪਸਿਲ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਇਹ ਵੀਡੀਓ ਸਟਾਰਟ ਕਰਦੇ ਆਂ ਪਰ ਸੇਮ ਐਜ਼ ਇਟ ਇਜ਼ ਪ੍ਰੀਵੀਅਸ ਵੀਡੀਓ ਵਾਲਾ ਪ੍ਰੋਸੈਸ ਕਿ 3 ਸੈਕਿੰਡ ਤੁਹਾਨੂੰ ਦਿੱਤੇ ਜਾਣਗੇ ਤੁਹਾਡਾ ਕੁਐਸਚਨ ਅਟੈਂਪਟ ਕਰਨ ਦੇ ਲਈ ਤੇ ਨਾਲ ਦੀ ਨਾਲ ਮੈਂ ਹਰ ਇੱਕ ਕੁਐਸਚਨ ਦੇ ਨਾਲ ਇੰਪੋਰਟੈਂਟ ਫੈਕਟ ਵੀ ਤੁਹਾਨੂੰ ਦੱਸਦੀ ਜਾਵਾਂਗੀ ਠੀਕ ਹੈ ਤਿੰਨ ਸੈਕਿੰਡ ਦੇ ਵਿੱਚ ਤੁਸੀਂ ਆਪਣਾ ਕੁਐਸਚਨ ਅਟੈਂਪਟ ਕਰਨਾ ਹੈ ਜੇਕਰ ਤੁਹਾਡੇ ਕੋਲ ਕਾਪੀ ਪੈਨ ਨਹੀਂ ਹੈ ਇਸ ਟਾਈਮ ਤਾਂ ਤੁਸੀਂ ਕੀ ਕਰਨਾ ਹੈ ਕਿ ਆਪਣਾ ਜਿਹੜਾ ਆਨਸਰ ਹੈ ਕਮੈਂਟ ਬਾਕਸ ਦੇ ਵਿੱਚ ਵੀ ਸੈਂਡ ਕਰ ਸਕਦੇ ਹੋ ਨਾਲ ਦੀ ਨਾਲ ਮੇਰੇ ਨਾਲ ਮੈਚ ਕਰਦੇ ਜਾਣਾ ਤੇ ਜ਼ਰੂਰ ਦੱਸ ਦੇਣਾ ਲਾਸਟ ਤੇ ਕਿੰਨੇ ਕੁਐਸਚਨ ਦੇ ਵਿੱਚੋਂ ਕਿੰਨੇ ਕੁਐਸਚਨ ਸਹੀ ਗਏ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜਿਹੜੇ ਵੀ ਸਟੂਡੈਂਟ ਨੈਪਸਿਲ ਕਰਦੇ ਜਾਂ FCI ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹ ਤਾਂ ਜੋ ਉਹ ਵੀ ਪੜ੍ਹ ਕੇ ਆਪਣਾ ਪੇਪਰ ਦੇ ਸਕਣ ਉਹਨਾਂ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੇਰਾ ਚੈਨਲ ਸ਼ੇਅਰ ਕੀਤਾ ਜਾਵੇ ਤਾਂ ਹਾਂਜੀ ਕੁਐਸਚਨ ਨੰਬਰ 1 ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕੌਣ ਹੈ ਹਾਂਜੀ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦੇ ਪਿਤਾ ਮੰਨੇ ਜਾਂਦੇ ਆ ਡਾਕਟਰ ਐਮ ਐਸ ਰੰਧਾਵਾ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹਾਂਜੀ ਇਸ ਤੋਂ ਇਲਾਵਾ ਹਰੀ ਕ੍ਰਾਂਤੀ ਦੇ ਜਨਕ ਕੌਣ ਆ ਹਰੀ ਕ੍ਰਾਂਤੀ ਦੇ ਜਨਕ ਨੋਰਮਨ ਬੋਰਲੌਗ ਇਨਾਂ ਨੂੰ 1970 ਈਸਵੀ ਦੇ ਵਿੱਚ ਨੋਵਲ ਪੁਰਸਕਾਰ ਵੀ ਮਿਲਿਆ ਵਾ ਠੀਕ ਹੈ ਤੇ ਜੇਕਰ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਜਾਂਦਾ ਕਿ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕੌਣ ਮੰਨਿਆ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਮੰਨਿਆ ਜਾਂਦਾ ਹੈ ਸੁਆਮੀ ਨਾਥਨ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਠੀਕ ਹੈ ਤੇ ਨਾਰਮਨ ਬੋਰਲਗ ਨੂੰ ਜਨਕ ਮੰਨਿਆ ਜਾਂਦਾ ਹੈ ਹਰੀ ਕ੍ਰਾਂਤੀ ਦਾ ਤੇ ਹਰੀ ਕ੍ਰਾਂਤੀ ਆਈ ਕਦੋਂ ਸੀ ਹਾਂਜੀ ਹਰੀ ਕ੍ਰਾਂਤੀ ਆਈ ਕਦੋਂ ਸੀ ਹਰੀ ਕ੍ਰਾਂਤੀ ਆਈ ਸੀ 1965 ਤੋਂ 66 ਦੇ ਵਿੱਚ ਠੀਕ ਹੈ ਤੇ ਹਰੀ ਕ੍ਰਾਂਤੀ ਕਿਹੜੀਆਂ ਫਸਲਾਂ ਲਈ ਪ੍ਰਮੁੱਖ ਮੰਨੀ ਜਾਂਦੀ ਹੈ ਤੁਹਾਨੂੰ ਕੋਸ਼ਣ ਇਹ ਵੀ ਆ ਸਕਦਾ ਹਰੀ ਕ੍ਰਾਂਤੀ ਕਣਕ ਅਤੇ ਝੋਨੇ ਦੇ ਲਈ ਪ੍ਰਮੁੱਖ ਮੰਨੀ ਜਾਂਦੀ ਆ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਸੁਣਿਆ ਹੋਣਾ ਚਿੱਟੀ ਕ੍ਰਾਂਤੀ ਤੁਹਾਨੂੰ ਕੋਸ਼ਣ ਇਹ ਵੀ ਆ ਸਕਦਾ ਕਿ ਚਿੱਟੀ ਕ੍ਰਾਂਤੀ ਕਿਸ ਦੇ ਨਾਲ ਰਿਲੇਟਡ ਆ ਤਾਂ ਚਿੱਟੀ ਕ੍ਰਾਂਤੀ ਆ ਜਿਹੜੀ ਇਹ ਦੁੱਧ ਦੇ ਨਾਲ ਰਿਲੇਟਡ ਆ ਤੁਸੀਂ ਇੱਕ ਹੋਰ ਸੁਣਿਆ ਹੋਣਾ ਨੀਲੀ ਕ੍ਰਾਂਤੀ ਹਾਂਜੀ ਨੀਲੀ ਕ੍ਰਾਂਤੀ ਕਾਦੇ ਨਾਲ ਰਿਲੇਟਡ ਆ ਨੀਲੀ ਕ੍ਰਾਂਤੀ ਮੱਛੀਆਂ ਦੇ ਉਤਪਾਦਨ ਦੇ ਨਾਲ ਰਿਲੇਟਡ ਆ ਇਹ ਵੀ ਤੁਸੀਂ ਯਾਦ ਰੱਖਣਾ ਦੇਖੋ ਇੱਕ ਕੁਐਸਚਨ ਦੇ ਵਿੱਚੋਂ ਕਿੰਨੇ ਕੁਐਸਚਨ ਨਿਕਲ ਕੇ ਆਇਆ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਭਾਰਤ ਦੇ ਕਿਹੜੇ ਸ਼ਹਿਰ ਵਿੱਚ ਖੇਤੀ ਭਵਨ ਹਾਂਜੀ ਭਾਰਤ ਦੇ ਕਿਹੜੇ ਖੇ ਸ਼ਹਿਰ ਦੇ ਵਿੱਚ ਖੇਤੀ ਭਵਨ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ B ਮੋਹਾਲੀ ਮੋਹਾਲੀ ਦੇ ਵਿੱਚ ਖੇਤੀ ਪਵਣਾ ਤੇ ਇਸ ਤੋਂ ਇਲਾਵਾ ਮੋਹਾਲੀ ਨੂੰ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਵੀ ਕਿਹਾ ਜਾਂਦਾ ਹੈ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਵਾ ਕਿ ਪੰਜਾਬ ਦੀ ਇਲੈਕਟ੍ਰੋਨਿਕ ਸਿਟੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਮੋਹਾਲੀ ਨੂੰ ਕਿਹਾ ਜਾਂਦਾ ਹੈ ਤੇ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਪੰਜਾਬ ਦੇ ਵਿੱਚ ਕੰਪਿਊਟਰ ਕਿੱਥੇ ਬਣਦੇ ਹਨ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੇ ਕੰਪਿਊਟਰ ਹਨ ਮੋਹਾਲੀ ਦੇ ਵਿੱਚ ਬਣਦੇ ਆ ਠੀਕ ਹੈ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ ਨਵੇਂ ਪੰਜਾਬ ਦਾ ਗਠਨ ਕਿਹੜੇ ਸਾਲ ਹੋਇਆ ਸੀ ਹਾਂਜੀ ਨਵੇਂ ਪੰਜਾਬ ਦਾ ਗਠਨ 1 ਨਵੰਬਰ 1966 ਨੂੰ ਹੋਇਆ ਸੀ অপਸ਼ਨ ਇਸ ਕੁਐਸ਼ਨ ਦਾ ਬੀ ਰਾਈਟ ਹੈ 1 ਨਵੰਬਰ ਨੂੰ ਪੰਜਾਬ ਦਿਵਸ ਮਨਾਇਆ ਜਾਂਦਾ ਵਾ ਠੀਕ ਹੈ ਕਿਉਂਕਿ 1 ਨਵੰਬਰ 1966 ਨੂੰ ਹੀ ਪੰਜਾਬ ਦਾ ਨਵੀਂ ਪੰਜਾਬ ਦਾ ਗਠਨ ਹੋਇਆ ਸੀ ਤੇ 18ਵੀਂ ਮੈਨੇਜਮੈਂਟ ਦੇ ਤਹਿਤ ਪੰਜਾਬ ਦਾ ਗਠਨ ਹੋਇਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਹਾਂਜੀ ਇੱਕ ਨੈਕਸਟ ਕੁਐਸ਼ਨ ਕਰਦੇ ਹਾਂ ਸੀ ਪੈਪਸੂ ਸਟੇਟ ਨੂੰ ਪੰਜਾਬ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸੀ ਹਾਂਜੀ ਪੈਪਸੂ ਸਟੇਟ ਨੂੰ ਸ਼ਾਮਿਲ ਕਦੋਂ ਕੀਤਾ ਗਿਆ ਸੀ ਪੰਜਾਬ ਦੇ ਵਿੱਚ 1956 ਦੇ ਵਿੱਚ ਕੀਤਾ ਗਿਆ ਸੀ ਆਪਸ਼ਨ A ਇਸ ਕੁਸ਼ਣ ਦਾ ਰਾਈਟ ਆਨਸਰ ਹੈ ਹਾਂਜੀ ਜਦੋਂ 18ਵੀਂ ਮੈਨੇਜਮੈਂਟ ਦੇ ਤਹਿਤ ਪੰਜਾਬ ਦਾ ਗਠਨ ਹੋਇਆ ਸੀ ਤਾਂ ਉਹ 1966 ਦੇ ਵਿੱਚ ਹੋਇਆ ਸੀ ਠੀਕ ਹੈ ਜ਼ਿਆਦਾਤਰ ਸਟੂਡੈਂਟ ਇਸ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਤੇ ਪੈਪਸੂ ਸਟੇਟ ਨੂੰ ਪੰਜਾਬ ਦੇ ਵਿੱਚ 1956 ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਇੱਕ ਤੁਸੀਂ ਇਹਦੇ ਨਾਲ ਯਾਦ ਰੱਖਣਾ ਰਿਲੇਟਡ ਹੈ ਕਿ ਪੈਪਸੂ ਸਟੇਟ ਦੀਆਂ ਕੁੱਲ ਕਿੰਨੀਆਂ ਰਿਆਸਤਾਂ ਸਨ ਪੈਪਸੂ ਸਟੇਟ ਦੀਆਂ ਕੋਲ 8 ਰਿਆਸਤਾਂ ਸਨ ਤੇ ਪੈਪਸੂ ਰਾਜ ਦੀ ਰਾਜਧਾਨੀ ਪਟਿਆਲਾ ਸੀ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਬਾਬਾ ਬੁੱਢਾ ਜੀ ਸੰਬੰਧੀ ਕਿਹੜਾ ਕਥਨ ਸਹੀ ਹੈ ਪਹਿਲਾਂ ਅਸੀਂ ਕਥਨ ਰੀਡ ਕਰ ਲੈਣੇ ਆ ਤੇ ਫਿਰ ਅਸੀਂ ਦੇਖ ਲਾਂਗੇ ਕਿ ਕਿਹੜੇ-ਕਿਹੜੇ ਸਹੀ ਆ ਪਹਿਲੇ ਛੇ ਗੁਰੂਆਂ ਦੇ ਸਮਕਾਲੀਨ ਸੀ ਬਾਬਾ ਬੁੱਢਾ ਜੀ ਹਾਂਜੀ ਇਸ ਬਾਬਾ ਬੁੱਢਾ ਜੀ ਪਹਿਲੇ ਛੇ ਗੁਰੂਆਂ ਦੇ ਸਮਕਾਲੀਨ ਸੀ ਠੀਕ ਹੈ ਇਹ ਰਾਈਟ ਆ ਆਦਿ ਗ੍ਰੰਥ ਸਾਹਿਬ ਦੇ ਰਚੇਤਾ ਸੀ ਬਟ ਇਹ ਨਹੀਂ ਰਾਈਟ ਹੈਗਾ ਠੀਕ ਹੈ ਇਹ ਕਥਨ ਨਹੀਂ ਰਾਈਟ ਹੈਗਾ ਆਦਿ ਗ੍ਰੰਥ ਸਾਹਿਬ ਦੇ ਰਚੇਤਾ ਨਹੀਂ ਸੀ ਤੇ ਹਾਂਜੀ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸੀ ਹਾਂਜੀ ਇਹ ਬਿਲਕੁਲ ਰਾਈਟ ਆ ਹਾਂਜੀ ਬਿਲਕੁਲ ਰਾਈਟ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਭਗਵੰਦਾ ਜੀ ਸੀ ਦੈਟ ਮੀਨਸ ਏ ਅਤੇ ਬੀ ਹਾਂਜੀ ਇੱਥੇ ਆਈ ਥਿੰਕ ਪੀਡੀਐਫ ਦੇ ਵਿੱਚ ਮਿਸਟੇਕ ਹੋ ਗਈ ਹੈ ਤੁਹਾਡਾ ਏ ਤੇ ਸੀ ਆ ਜਿਹੜਾ ਰਾਈਟ ਬਣਨਾ ਠੀਕ ਹੈ ਏ ਅਤੇ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਏ ਅਤੇ ਸੀ ਦੋਵੇਂ ਹੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਪੰਜਾਬ ਦੇ ਕੁੱਲ ਕਿੰਨੇ ਪੰਘੋਲਿਕ ਖੇਤਰ ਹਨ ਹਾਂਜੀ ਪੰਜਾਬ ਦੇ ਕੁੱਲ ਕਿੰਨੇ ਪੰਘੋਲਿਕ ਖੇਤਰ ਆ ਪੰਜਾਬ ਦੇ ਟੋਟਲ ਤਿੰਨ ਪੰਘੋਲਿਕ ਖੇਤਰ ਆ ਕਿਹੜੇ-ਕਿਹੜੇ ਆ ਮਾਝਾ ਦੁਆਬਾ ਅਤੇ ਮਾਲਵਾ ਇਹ ਤੁਸੀਂ ਯਾਦ ਰੱਖਣਾ ਪੰਜਾਬ ਦੇ ਤਿੰਨ ਪੰਘੋਲਿਕ ਖੇਤਰ ਆ ਮਾਝਾ ਦੁਆਬਾ ਅਤੇ ਮਾਲਵਾ ਠੀਕ ਹੈ ਪੰਘੋਲਿਕ ਖੇਤਰ ਹਾਂਜੀ ਜੇਕਰ ਤੁਹਾਨੂੰ ਕੁਐਸਚਨ ਇਹ ਪੁੱਛਿਆ ਜਾਵੇ ਕਿ ਪੰਜਾਬ ਦਾ ਸਭ ਤੋਂ ਵੱਡਾ ਪੰਘੋਲਿਕ ਖੇਤਰ ਕਿਹੜਾ ਵਾ ਹਾਂਜੀ ਪੰਜਾਬ ਦਾ ਸਭ ਤੋਂ ਵੱਡਾ ਭੂਗੋਲਿਕ ਖੇਤਰ ਆ ਮਾਲਵਾ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਚੁੱਕੀ ਆ ਮਾਝਾ ਮਾਲਵਾ ਅਤੇ ਦੁਆਬਾ ਠੀਕ ਹੈ ਮਾਝਾ ਮਾਲਵਾ ਅਤੇ ਦੁਆਬਾ ਜਿਹੜਾ ਮਾਲਵਾ ਵਾ ਇਹ ਸਭ ਤੋਂ ਵੱਡਾ ਭੂਗੋਲਿਕ ਖੇਤਰ ਆ ਪੰਜਾਬ ਦਾ ਕਿਉਂਕਿ ਮਾਲਵਾ ਖੇਤਰ ਦੇ ਵਿੱਚ ਟੋਟਲ ਕਿੰਨੇ ਜ਼ਿਲ੍ਹੇ ਆਉਂਦੇ ਆ 16 ਜ਼ਿਲ੍ਹੇ ਆਉਂਦੇ ਆ ਕਿਉਂਕਿ ਹੁਣ ਜਿਹੜਾ 16ਵਾਂ ਜ਼ਿਲ੍ਹਾ ਸਾਡਾ ਪਹਿਲਾਂ 15 ਜ਼ਿਲ੍ਹਿਆਂ ਦੀ ਗੱਲ ਹੁੰਦੀ ਸੀ ਕਿਸੇ ਵੀ ਬੁੱਕ 'ਚ ਦੇਖ ਸਕਦੇ ਉਹ ਦੇਖ ਸਕਦੇ ਹੋ ਜੋ ਪ੍ਰਾਣੀਆਂ ਹੈ ਬਟ ਮਾਲਵਾ ਦੇ ਵਿੱਚ ਹੁਣ ਜਿਹੜਾ ਨਵਾਂ ਜ਼ਿਲ੍ਹਾ ਬਣਿਆ ਹੈ ਉਹ ਵੀ ਮਾਲਵਾ ਦੇ ਵਿੱਚ ਹੀ ਐਡ ਹੋਇਆ ਹੈ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਮਾਝਾ ਤੇ ਮਾਲਵਾ ਦੇ ਵਿੱਚ ਚਾਰ ਚਾਰ ਹਾਂਜੀ ਹਾਂਜੀ ਇਸ ਤੋਂ ਇਲਾਵਾ ਮਾਝਾ ਤੇ ਦੁਆਬਾ ਦੇ ਵਿੱਚ ਚਾਰ ਚਾਰ ਜ਼ਿਲ੍ਹੇ ਆਉਂਦੇ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਅੱਜ ਅਸੀਂ ਕੈਮਾ ਵੰਸ਼ਪਤੀ ਹਾਂਜੀ ਕੈਮਾ ਬਨਸਪਤੀ ਬਾਗ ਕਿੱਥੇ ਹੈ ਹਾਂਜੀ ਕੈਮਾ ਬਨਸਪਤੀ ਬਾਗ ਕਪੂਰਥਲੇ ਦੇ ਵਿੱਚ ਆਪਸ਼ਨ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਠੀਕ ਹੈ ਇਸ ਤੋਂ ਇਲਾਵਾ 12 ਹਾਂਜੀ ਆਮ ਆਮ ਖਾਸ ਬਾਗ ਇੱਕ ਤੁਸੀਂ ਸੁਣਿਆ ਹੋਣਾ ਇਹਦੇ ਬਾਰੇ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਆਮ ਖਾਸ ਬਾਗ ਸਰਹੰਦ ਦੇ ਵਿੱਚ ਆ ਰਾਮ ਬਾਗ ਅੰਮ੍ਰਿਤਸਰ ਦੇ ਵਿੱਚ ਆ ਠੀਕ ਹੈ ਬਰਾਦਰੀ ਗਾਰਡਨ ਪਟਿਆਲਾ ਦੇ ਵਿੱਚ ਆ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਕਰਦੇ ਆ ਜੀ ਅਸੀਂ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਕਿਹੜਾ ਹੈ ਹਾਂਜੀ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਆ ਭਾਖੜਾ ਡੈਮ ਆਪਸ਼ਨ ਬੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਭਾਖੜਾ ਡੈਮ ਇਹ ਸਤਲੁਜ ਦਰਿਆ ਤੇ ਬਣਿਆ ਹੋਇਆ ਵਾ ਠੀਕ ਹੈ ਤੇ ਤੁਹਾਨੂੰ ਕੁਐਸ਼ਨ ਇਹ ਆ ਸਕਦਾ ਕਿ ਇਸ ਨੂੰ ਬਣਾਇਆ ਕਦੋਂ ਗਿਆ ਸੀ ਭਾਖੜਾ ਡੈਮ ਨੂੰ ਕਦੋਂ ਬਣਾਇਆ ਗਿਆ ਸੀ 1948 ਦੇ ਵਿੱਚ ਬਣਾਇਆ ਗਿਆ ਸੀ ਇਹ ਤੁਸੀਂ ਯਾਦ ਰੱਖਣਾ ਤੇ ਹਾਂਜੀ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਪੰਜਾਬ ਦੀ ਰੀੜ ਦੀ ਹੱਡੀ ਕਿਹੜੇ ਦਰਿਆ ਨੂੰ ਕਿਹਾ ਜਾਂਦਾ ਹੈ ਤਾਂ ਪੰਜਾਬ ਦੀ ਰੀੜ ਦੀ ਹੱਡੀ ਸਤਲੁਜ ਦਰਿਆ ਨੂੰ ਕਿਹਾ ਜਾਂਦਾ ਸਤਲੁਜ ਦੇ ਕੰਡੇ ਹੀ ਭਾਖੜਾ ਬਣਿਆ ਹੋਇਆ ਵਾ ਠੀਕ ਹੈ ਤੇ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ ਸਤਲੁਜ ਹੈ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਕਿਹੜਾ ਹੈ ਰਾਵੀ ਹੈ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਚੰਡੀਗੜ੍ਹ ਸ਼ਹਿਰ ਦਾ ਨੀ ਪੱਧਰ ਕਿਸ ਨੇ ਸੌਰੀ ਕਿਹੜੇ ਸਨ ਵਿੱਚ ਰੱਖਿਆ ਗਿਆ ਸੀ ਹਾਂਜੀ ਚੰਡੀਗੜ੍ਹ ਸ਼ਹਿਰ ਦਾ ਨੀ ਪੱਧਰ ਕਿਹੜੇ ਸਾਲ ਦੇ ਵਿੱਚ ਰੱਖਿਆ ਗਿਆ ਸੀ 1960 ਦੇ ਵਿੱਚ ਰੱਖਿਆ ਗਿਆ ਸੀ অপਸ਼ਨ ਇਸ ਕੁਸ਼ਚਨ ਦਾ ਏ ਰਾਈਟ ਆ ਤੇ ਇਸ ਦਾ ਨਾਮ ਚੰਡੀਗੜ੍ਹ ਕਿੱਥੋਂ ਪਿਆ ਸੀ ਇਸ ਦਾ ਨਾਮ ਚੰਡੀ ਮੰਦਿਰ ਤੋਂ ਪਿਆ ਸੀ ਚੰਡੀਗੜ੍ਹ ਠੀਕ ਹੈ ਹੁਣ ਅਸੀਂ ਚੰਡੀਗੜ੍ਹ ਬਾਰੇ ਗੱਲ ਕਰ ਰਹੇ ਹਾਂ ਤਾਂ ਚੰਡੀਗੜ੍ਹ ਦੇ ਨਾਲ ਜੋ ਰਿਲੇਟਿਡ ਇੰਪੋਰਟੈਂਟ ਫੈਕਟ ਆਉਂਦੇ ਨੇ ਮੈਂ ਤੁਹਾਨੂੰ ਸਾਰੇ ਦੱਸਣ ਲੱਗੀ ਹਾਂ ਜਿਨ੍ਹਾਂ ਦੇ ਨਾਲ ਰਿਲੇਟਡ ਤੁਹਾਨੂੰ ਕੁਐਸ਼ਨ ਆ ਸਕਦੇ ਆ ਤੁਹਾਨੂੰ ਕੁਐਸ਼ਨ ਪਹਿਲਾਂ ਤਾਂ ਇਹ ਆ ਸਕਦਾ ਕਿ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਕਦੋਂ ਘੋਸ਼ਿਤ ਕੀਤਾ ਗਿਆ ਸੀ ਤਾਂ 1966 ਦੇ ਵਿੱਚ ਨਵੇਂ ਪੰਜਾਬ ਦਾ ਗਠਨ ਹੋਇਆ ਇਹ ਤਾਂ ਤੁਹਾਨੂੰ ਪਤਾ ਹੀ ਮੈਂ ਦੱਸ ਚੁੱਕੀ ਹਾਂ 1966 ਤੋਂ ਹੀ ਤੁਸੀਂ ਯਾਦ ਰੱਖ ਲੈਣਾ ਕਿ 1966 ਵਿੱਚ ਹੀ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕੀਤਾ ਗਿਆ ਸੀ ਤੇ ਉਸ ਸਮੇਂ ਹੀ ਇਹ ਸਾਡੇ ਪੰਜਾਬ ਦੀ ਰਾਜਧਾਨੀ ਬਣ ਗਿਆ ਸੀ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਕੁਐਸ਼ਨ ਇਹ ਆ ਸਕਦਾ ਕਿ ਚੰਡੀਗੜ੍ਹ ਦਾ ਹਾਰਟ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਦੱਸੋ ਕਿਹੜੇ ਸੈਕਟਰ ਨੂੰ ਕਿਹਾ ਜਾਂਦਾ ਤਾਂ ਚੰਡੀਗੜ੍ਹ ਦਾ ਹਾਰਟ ਸੈਕਟਰ 17 ਨੂੰ ਕਿਹਾ ਜਾਂਦਾ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਆ ਸਕਦਾ ਕੁਐਸ਼ਨ ਕਿ ਏਸ਼ੀਆ ਦਾ ਸਭ ਤੋਂ ਵੱਡਾ ਰੋਜ਼ ਗਾਰਡਨ ਕਿੱਥੇ ਆ ਏਸ਼ੀਆ ਦਾ ਸਭ ਤੋਂ ਵੱਡਾ ਰੋਜ਼ ਗਾਰਡਨ ਚੰਡੀਗੜ੍ਹ ਦੇ ਵਿੱਚ ਆ ਠੀਕ ਹੈ ਰੌਕ ਗਾਰਡਨ ਵੀ ਚੰਡੀਗੜ੍ਹ ਦੇ ਵਿੱਚ ਸੁਖਨਾ ਲੈਕ ਵੀ ਚੰਡੀਗੜ੍ਹ ਦੇ ਵਿੱਚ ਆ ਹਾਂਜੀ ਅਸੀਂ ਪਹਿਲਾ ਕੁਐਸਚਨ ਕੀਤਾ ਸੀਗਾ ਡੈਮ ਦੇ ਨਾਲ ਰਿਲੇਟਡ ਠੀਕ ਹੈ ਇਸ ਦੇ ਨਾਲ ਕਿ ਉੱਚਾ ਗ੍ਰੈਵਿਟੀ ਡੈਮ ਜਿਹੜਾ ਵਾ ਤਾਂ ਪਾਖੜਾ ਸੀ ਇੱਕ ਹੈ ਤੁਹਾਨੂੰ ਥੀਨ ਡੈਮ ਬਾਰੇ ਆ ਸਕਦਾ ਥੀਨ ਡੈਵ ਰਾਵੀ ਦਰਿਆ ਦੇ ਉੱਪਰ ਬਣਿਆ ਹੋਇਆ ਇਹ ਤੁਸੀਂ ਯਾਦ ਰੱਖਣਾ ਰਾਵੀ ਦਰਿਆ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਵਾ ਪਾਖੜਾ ਨਗਲ ਏਸ਼ੀਆ ਦਾ ਸਭ ਤੋਂ ਉੱਚਾ ਡੈਮ ਆ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਇਹ ਇੰਪੋਰਟੈਂਟ ਫੈਕਟ ਆ ਜੋ ਨਿਕ ਲੈਣਾ ਨੋਟ ਕਰ ਲੈਣਾ ਹਾਂਜੀ ਨੈਕਸਟ ਕੁਐਸਚਨ ਹੈ ਚੰਡੀਗੜ੍ਹ ਦਾ ਪ੍ਰਬੰਧਕ ਕੌਣ ਹੁੰਦਾ ਚੰਡੀਗੜ੍ਹ ਦਾ ਪ੍ਰਬੰਧਕ ਹੁੰਦਾ ਵਾ ਪੰਜਾਬ ਦਾ ਗਵਰਨਰ ਜੋ ਪੰਜਾਬ ਦਾ ਗਵਰਨਰ ਆ ਉਹੀ ਚੰਡੀਗੜ੍ਹ ਦਾ ਪ੍ਰਬੰਧਕ ਹੋਵੇਗਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਇਸ ਤੋਂ ਇਲਾਵਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਪੰਜਾਬ ਦੇ ਗਵਰਨਰ ਹੈ ਕੌਣ ਨੈਕਸਟ ਕੁਐਸ਼ਨ ਕਰ ਲੈਣੇ ਆ ਜੀ ਅਸੀਂ ਜੁਨਾਨੀਆਂ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਹੈ ਹਾਂਜੀ ਜੁਨਾਨੀਆਂ ਨੇ ਪੰਜਾਬ ਨੂੰ ਨਾਮ ਦਿੱਤਾ ਪੈਂਟਾ ਪੁਟਾਮੀਆ ਦਾ ਇਹ ਕੁਐਸ਼ਨ ਜ਼ਿਆਦਾ ਇੰਪੋਰਟੈਂਟ ਆ ਇਹ ਤੁਸੀਂ ਯਾਦ ਰੱਖਣਾ ਆਪਸ਼ਨ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਇੱਥੇ ਸਾਡੇ ਕੋਲੇ ਆਪਸ਼ਨ ਆ ਸੰਪਤ ਸਿੱਧੂ ਸੰਪਤ ਸਿੱਧੂ ਆ ਜਿਹੜਾ ਇਹ ਨਾਮ ਕਦੋਂ ਪਿਆ ਸੀ ਪੰਜਾਬ ਦਾ ਕਿਹਨੇ ਦਿੱਤਾ ਸੀ ਪੰਜਾਬ ਨੂੰ ਹਾਂਜੀ ਸੰਪਤ ਸਿੱਧੂ ਨਾਮ ਆ ਜਿਹੜਾ ਸੱਤ ਦਰਿਆਵਾਂ ਦੀ ਧਰਤੀ ਕਰਕੇ ਪਿਆ ਸੀ ਤੇ ਪਰਾਚੀਨ ਪੰਜਾਬ ਦਾ ਨਾਮ ਆ ਸੰਪਤ ਸਿੱਧੂ ਤੁਹਾਨੂੰ ਕੁਸ਼ਣ ਇਹ ਵੀ ਆ ਸਕਦਾ ਕਿ ਪਰਾਚੀਨ ਪੰਜਾਬ ਦਾ ਕੀ ਨਾਮ ਆ ਤਾਂ ਸੰਪਤ ਸਿੱਧੂ ਸੀ ਹਾਂਜੀ ਮਹਾ ਭਾਰਤ ਦੇ ਵਿੱਚ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਹੈ ਮਹਾਪਾਰਤ ਦੇ ਵਿੱਚ ਪੰਜਾਬ ਨੂੰ ਨਾਮ ਦਿੱਤਾ ਗਿਆ ਹੈ ਪੰਚਨੰਦ ਦਾ ਠੀਕ ਹੈ ਤੇ ਹਾਂਜੀ ਇਹ ਹੋਰ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਦਾ ਨਾਮ ਲਾਹੌਰ ਸੂਬਾ ਸੀ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰ ਲੈਂਦੇ ਆ ਜੀ ਅਸੀਂ ਪਾਣੀਪਤ ਦਾ ਪਹਿਲਾ ਯੁੱਧ ਕਦੋਂ ਹੋਇਆ ਸੀ ਹਾਂਜੀ ਪਾਣੀਪਤ ਦਾ ਪਹਿਲਾ ਯੁੱਧ 1526 ਈਸਵੀ ਨੂੰ ਹੋਇਆ ਸੀ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿੱਚਕਾਰ ਹੋਇਆ ਸੀ ਇਹਦੇ ਵਿੱਚ ਬਾਬਰ ਜਿੱਤਿਆ ਸੀ ਅਤੇ ਇਬਰਾਹਿਮ ਲੋਧੀ ਮਾਰਿਆ ਗਿਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਪੰਜਾਬ ਨੂੰ ਕਾਲ ਕਿੰਨੇ ਮੰਡਲਾਂ ਵਿੱਚ ਵੰਡਿਆ ਹੋਇਆ ਹੈ ਹਾਂਜੀ ਇੱਥੇ ਕਾਲ ਨਹੀਂਗਾ ਇੱਥੇ ਕੁੱਲ ਆਉਣਾ ਠੀਕ ਹੈ ਸੌਰੀ ਇਸ ਦੇ ਲਈ ਪੰਜਾਬ ਨੂੰ ਕੁੱਲ ਕਿੰਨੇ ਮੰਡਲਾਂ ਦੇ ਵਿੱਚ ਵੰਡਿਆ ਹੋਇਆ ਜਾਂ ਫਿਰ ਉਹ ਕਹਿ ਸਕਦੇ ਹੋ ਪੰਜਾਬ ਦੀਆਂ ਕੁੱਲ ਕਿੰਨੀਆਂ ਡਿਵੀਜ਼ਨਾਂ ਨੇ ਤਾਂ ਪੰਜਾਬ ਦੀਆਂ ਟੋਟਲ 5 ਡਿਵੀਜ਼ਨਾਂ ਨੇ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਪੰਜਾਬ ਦੀਆਂ ਸਭ ਤੋਂ 5 ਡਿਵੀਜ਼ਨਾਂ ਨੇ ਤੇ ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਆ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਵੀਜ਼ਨ ਆ ਜਲੰਧਰ ਸਭ ਤੋਂ ਛੋਟੀ ਡਿਵੀਜ਼ਨ ਕਿਹੜੀ ਹੈ ਸਭ ਤੋਂ ਛੋਟੀ ਡਿਵੀਜ਼ਨ ਰੋਪੜ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਆ ਸਕਦਾ ਕਿ ਨਿਮਨਤਮ ਡਿਵੀਜ਼ਨ ਕਿਹੜੀ ਹੈ ਤਾਂ ਉਹ ਵੀ ਰੋਪੜ ਹੀ ਹੋਊਗੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹਾਂਜੀ ਨੈਕਸਟ ਕੁਐਸਚਨ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਕੌਣ ਸਨ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਡੀਐਸ ਪਟਵਾਲੀਆ ਨੈਕਸਟ ਕੁਐਸਚਨ ਕਰਦੇ ਹਾਂ ਜੀ ਪੰਜਾਬ ਵਿੱਚ ਕੁੱਲ ਕਿੰਨੇ ਨਗਰ ਨਿਗਮ ਹਨ ਹਾਂਜੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ 13 ਪੰਜਾਬ ਦੇ ਵਿੱਚ ਟੋਟਲ 13 ਨਗਰ ਨਿਗਮ ਹਨ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹਾਂਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਹਾਂਜੀ 13 ਦਾ ਨਗਰ ਨਿਗਮ ਆ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਨਾਲ ਹੀ ਇੰਪੋਰਟੈਂਟ ਕੁਝ ਨੋਟ ਦੱਸ ਦੇਣਾ ਚਾਹੁੰਦੀ ਹਾਂ ਜਿਹੜੇ ਜਿਨ੍ਹਾਂ ਦੇ ਨਾਲ ਰਿਲੇਟਿਡ ਕੁਐਸਚਨ ਆਮ ਪੁੱਛੇ ਲਈ ਜਾਂਦੇ ਐਗਜ਼ਾਮ ਦੇ ਵਿੱਚ ਤਾਂ ਹਾਂਜੀ ਜਿਸ ਤਰ੍ਹਾਂ ਹਾਂਜੀ ਪੰਜਾਬ ਦੇ ਵਿੱਚ ਤਾਂ ਕੁੱਲ 13 ਨਗਰ ਨਿਗਮ ਆ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਆ 117 ਤੇ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਆ 13 ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਰਾਜ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਆ 7 ਪੰਜਾਬ ਦੇ ਜ਼ਿਲ੍ਹੇ ਕਿੰਨੇ ਆ 23 ਪੰਜਾਬ ਦੇ ਕੁੱਲ ਕਿੰਨੇ ਜ਼ਿਲ੍ਹੇ ਆ 23 ਠੀਕ ਹੈ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ 50362 ਵਰਗ ਕਿਲੋਮੀਟਰ ਪੰਜਾਬ ਦਾ ਰਾਜ ਪੰਛੀ ਕਿਹੜਾ ਬਾਜ ਪੰਜਾਬ ਦਾ ਰਾਜ ਦਰਖਤ ਕਿਹੜਾ ਟਾਲੀ ਪੰਜਾਬ ਦੀ ਰਾਜ ਖੇਡ ਕਿਹੜੀ ਆ ਕਬੱਡੀ ਪੰਜਾਬ ਦੇ ਰਾਜ ਜਾਨਵਰ ਕਿਹੜਾ ਵਾ ਕਾਲਾ ਹਿਰਨ ਨੈਕਸਟ ਵersion ਕਰਦੇ ਜੇ ਤੁਸੀਂ ਪੰਜਾਬ ਦੇ ਨਾਲ ਰਿਲੇਟਡ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਪੰਜਾਬ ਦੀ ਕਿਹੜੀ ਤਹਿਸੀਲ ਵਿੱਚ ਸ਼ਹਿਰੀ ਆਬਾਦੀ ਨਹੀਂ ਹੈ ਹਾਂਜੀ ਹਾਂਜੀ ਪੰਜਾਬ ਦੀ ਕਿਹੜੀ ਤਹਿਸੀਲ ਆ ਜਿਸ ਦੇ ਵਿੱਚ ਸਹਿਰੀ ਆਬਾਦੀ ਨਹੀਂਗੀ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਖੰਡੂਰ ਸਾਹਿਬ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਆ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ ਹਾਂਜੀ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਖੇਡਾਂ ਦਾ ਸਮਾਨ ਬਣਦਾ ਜਲੰਧਰ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹਾਂਜੀ ਇਹਦੇ ਨਾਲ ਹੀ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸ ਦਿੰਨੀ ਆ ਜਿਸ ਤਰ੍ਹਾਂ ਜਲੰਧਰ ਆ ਜਲੰਧਰ ਦੀ ਗੱਲ ਕੀਤੀ ਹੈ ਤਾਂ ਜਲੰਧਰ ਨੂੰ ਪੰਜਾਬ ਦੀ ਸਪੋਰਟਸ ਸਿਟੀ ਵੀ ਕਿਹਾ ਜਾਂਦਾ ਵਾ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਹੁਣ ਅਸੀਂ ਵਿੱਚ ਲੁਧਿਆਣਾ ਆਪਸ਼ਨ ਦਿਖ ਰਹੀ ਹੈ ਤੁਹਾਨੂੰ ਇਸ ਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਵਾ ਠੀਕ ਹੈ ਕੀ ਕਿਹਾ ਜਾਂਦਾ ਵਾ ਪੰਜਾਬ ਦਾ ਮਾਂਚੈਸਟਰ ਇਸ ਤੋਂ ਇਲਾਵਾ ਤੁਹਾਨੂੰ ਕੁਝ ਨਹੀਂ ਵੀ ਆ ਸਕਦਾ ਕਿ ਪੰਜਾਬ ਦੀ ਉਦਯੋਗਿਕ ਸਿਟੀ ਜਾਂ ਫਿਰ ਆਰਥਿਕ ਸਿਟੀ ਕਿਹੜੀ ਆ ਤੇਸ ਕੁਐਸਚਨ ਦਾ ਰਾਈਟ ਆਨਸਰ ਵੀ ਲੁਧਿਆਣਾ ਹੀ ਹੋਵੇਗਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਤੁਸਨ ਨੂੰ ਇੱਕ ਇੱਥੇ ਅਬੋਹਰ ਦਿਖ ਰਿਹਾ ਵਾ ਠੀਕ ਹੈ ਅਬੋਹਰ ਇਸ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਜੇ ਆਪਾਂ ਗੱਲ ਕਰੀਏ ਅਬੋਹਰ ਦੀ ਤਾਂ ਇਸ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਹੈ ਕੈਲੀਫੋਰਨੀਆ ਆਫ ਪੰਜਾਬ ਇੱਥੇ ਕਿਨੂ ਦੀ ਕਾਸਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸ ਕਰਕੇ ਹੀ ਇਸ ਨੂੰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਵਾ ਠੀਕ ਹੈ ਹਾਂਜੀ ਹੁਣ ਅਸੀਂ ਨਾਲ ਹੀ ਗੱਲ ਕਰ ਲੈਨੇ ਆ ਅੰਮ੍ਰਿਤਸਰ ਦੀ ਤੁਹਾਨੂੰ ਕੁਝ ਨਹੀਂ ਆ ਸਕਦਾ ਕਿ ਪੰਜਾਬ ਦੀ ਧਾਰਮਿਕ ਰਾਜਧਾਨੀ ਕਿਹੜੀ ਆ ਤਾਂ ਧਾਰਮਿਕ ਰਾਜਧਾਨੀ ਆ ਅੰਮ੍ਰਿਤਸਰ ਪੰਜਾਬ ਦੀ ਸਟੀਲ ਸਿਟੀ ਕਿਸ ਨੂੰ ਕਿਹਾ ਜਾਂਦਾ ਵਾ ਮੰਡੀ ਗੋਵਿੰਦਗੜ ਨੂੰ ਕਿਹਾ ਜਾਂਦਾ ਪੰਜਾਬ ਦੀ ਫਰਨੀਚਰ ਸਿਟੀ ਕਿਸ ਨੂੰ ਕਿਹਾ ਜਾਂਦਾ ਕਰਤਾਰਪੁਰ ਨੂੰ ਕਿਹਾ ਜਾਂਦਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਪੰਜਾਬ ਵਿੱਚ ਸਭ ਤੋਂ ਪਹਿਲੀ ਰੇਲਵੇ ਲਾਈਨ ਕਿਹੜੀ ਬਣੀ ਸੀ ਹਾਂਜੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਰੇਲਵੇ ਲਾਈਨ ਆ ਜਿਹੜੀ ਇਹ ਮੁਲਤਾਨ ਤੋਂ ਲਾਹੌਰ ਤੱਕ ਬਣੀ ਸੀ অপশন ਇਸ ਕੁਐਸ਼ਨ ਦਾ ਬੀ ਰਾਈਟ ਆ ਤੇ ਇਹਦੀ ਸਥਾਪਨਾ ਕਦੋਂ ਹੋਈ ਸੀ 8 ਫਰਵਰੀ 1859 ਦੇ ਵਿੱਚ ਹਾਂਜੀ ਨੈਕਸਟ ਕੁਐਸ਼ਨ ਕਰਦੇ ਆ ਚਿੱਟੇ ਸੋਨੇ ਦਾ ਖੇਤਰ ਰਖਵਾਉਂਦਾ ਹੈ ਹਾਂਜੀ ਚਿੱਟੇ ਸੋਨੇ ਦਾ ਖੇਤਰ ਰਖਵਾਉਂਦਾ ਹੈ ਮਾਲਵਾ অপਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਠੀਕ ਹੈ ਤੇ ਚਿੱਟੇ ਸੋਨੇ ਦੇ ਆ ਭੂਮੀ ਕਿਹੜੇ ਜ਼ਿਲ੍ਹੇ ਨੂੰ ਕਿਹਾ ਜਾਂਦਾ ਜੇ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਜੀ ਹੁਣ ਇਹ ਤਾਂ ਚਿੱਟੇ ਕੂਨ ਸੋਨੇ ਦਾ ਖੇਤਰ ਆ ਨਾ ਮਾਲਵਾ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਪੰਜਾਬ ਦੀ ਰੋਹ ਪੱਟੀ ਕਿਸ ਨੂੰ ਕਿਹਾ ਜਾਂਦਾ ਜਾਂ ਫਿਰ ਪੰਜਾਬ ਦੀ ਪੰਜਾਬ ਦੇ ਚਿੱਟੇ ਸੋਨੇ ਦੀ ਭੂਮੀ ਕਿਸ ਨੂੰ ਕਿਹਾ ਜਾਂਦਾ ਹੈ ਕਿਹੜੇ ਜ਼ਿਲ੍ਹੇ ਨੂੰ ਕਿਹਾ ਜਾਂਦਾ ਹੈ ਤਾਂ ਉਹ ਹੋਊਗਾ ਮਾਨਸਾ ਹਾਂਜੀ ਨੈਕਸਟ ਕੁਐਸਚਨ ਪੰਜਾਬ ਵਿੱਚ ਸਿੰਚਾਈ ਵਿਭਾਗ ਦੀ ਸਥਾਪਨਾ ਕਿਹੜੇ ਸਾਲ ਹੋਈ ਸੀ ਪੰਜਾਬ ਦੇ ਵਿੱਚ ਸਿੰਚਾਈ ਵਿਭਾਗ ਦੀ ਸਥਾਪਨਾ ਹੋਈ ਸੀ 1849 ਈਸਵੀ ਦੇ ਵਿੱਚ ਇਸ ਕੁਐਸਚਨ ਦਾ ਆਪਸ਼ਨ ਆਪਸ਼ਨ A ਰਾਈਟ ਹੈ ਠੀਕ ਹੈ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਕਨਸਟੀਟਿਊਸ਼ਨਸ ਦੇ ਨਾਲ ਰਿਲੇਟਿਡ ਕੁਐਸਚਨ ਨੇ ਤੁਹਾਡੇ ਭਾਰਤੀ ਸੰਵਿਧਾਨ ਦੇ ਨਾਲ ਰਿਲੇਟਿਡ ਠੀਕ ਹੈ ਭਾਰਤੀ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀ ਹਾਂਜੀ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ ਕਦੋਂ ਹਾਂਜੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ 26 ਜਨਵਰੀ 1950 ਨੂੰ ਜਾਨੀ ਕਿ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ ਤੇ 26 ਜਨਵਰੀ 1950 ਨੂੰ ਹੀ ਪਹਿਲਾ ਗਨਤੰਤਰ ਦਿਵਸ ਵੀ ਮਨਾਇਆ ਗਿਆ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਨੈਕਸਟ ਕੁਐਸਚਨ ਕਰਦੇ ਹਾਂ ਅਸੀਂ ਸੰਵਿਧਾਨ ਸਭਾ ਦੁਆਰਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਚੁਣੇ ਗਏ ਸਨ ਹਾਂਜੀ ਸੰਵਿਧਾਨ ਸਭਾ ਦੁਆਰਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਚੁਣੇ ਗਏ ਸੀ ਡਾਕਟਰ ਰਜਿੰਦਰ ਪ੍ਰਸ਼ਾਦ অপਸ਼ਨ ਨੰਬਰ A ਇਜ਼ ਅ ਰਾਈਟ ਆਨਸਰ ਤੇ 24 ਜਨਵਰੀ 1950 ਈਸਵੀ ਨੂੰ ਇਹ ਚੁਣੇ ਗਏ ਸੀ ਇਹ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਪੰਜਾਬ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਹਾਂਜੀ ਪੰਜਾਬ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਪੰਡਿਤ ਜਵਾਹਰ ਲਾਲ ਨਹਿਰੂ অপਸ਼ਨ ਨੰਬਰ C ਇਸ ਕੁਐਸਚਨ ਦਾ ਰਾਈਟ ਆਨਸਰ ਆ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਪੰਜਾਬ ਦੇ ਪਹਿਲੇ ਸਿੱਖਿਆ ਮੰਤਰੀ ਕੌਣ ਸਨ ਤਾਂ ਪੰਜਾਬ ਦੇ ਪਹਿਲੇ ਸਿੱਖਿਆ ਮੰਤਰੀ مولانا ਅਬুল ਕੁਲਾਮ ਅਜਾਦ ਸਨ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਵਿੱਤ ਮੰਤਰੀ ਕੌਣ ਸਨ ਤਾਂ ਹਾਂਜੀ ਭਾਰਤ ਦੇ ਪਹਿਲੇ ਵਿੱਤ ਮੰਤਰੀ ਸਨ ਆਰ ਕੇ ਸੰਮੁਖ ਸੈਟੀ ਹਾਂਜੀ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਕੌਣ ਸਨ ਬਲਦੇਵ ਸਿੰਘ ਤੇ ਭਾਰਤ ਦੇ ਪਹਿਲੇ ਰੇਲਵੇ ਮੰਤਰੀ ਕੌਣ ਸਨ ਜான் ਮਿਥਾਈ ਤੇ ਭਾਰਤ ਦੇ ਪਹਿਲੇ ਯੋਜਨਾ ਮੰਤਰੀ ਕੌਣ ਸਨ ਗੁੱਲਰਜਾਰੀ ਲਾਲ ਨੰਦਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰ ਲੈਂਦੇ ਆ ਜੀ ਅਸੀਂ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਕਤੀ ਅਮਰੀਕਾ ਦੇਸ਼ ਤੋਂ ਲਈ ਗਈ ਆ ਹਾਂਜੀ ਅਮਰੀਕਾ ਤੋਂ ਲਈ ਗਈ ਆ ਯੂ ਐਸ ਏ ਤੋਂ ਲਈ ਗਈ ਆ ਕਿਹੜੀ ਸ਼ਕਤੀ ਲਈ ਗਈ ਆ ਇਸ ਦੇ ਵਿੱਚ ਸੰਵਿਧਾਨ ਦੇ ਵਿੱਚ ਅਸੀਂ ਕਿਹੜੀ ਚੀਜ਼ ਆ ਇਹਨਾਂ ਦੇ ਵਿੱਚੋਂ ਕਿਹੜਾ ਅਧਿਕਾਰ ਆ ਜਿਹੜਾ ਸੀ ਸੰਵਿਧਾਨ ਦੇ ਵਿੱਚ ਲਿਆ ਆ ਅਮਰੀਕਾ ਤੋਂ ਤਾਂ ਮੂਲ ਅਧਿਕਾਰ ਵੀ ਅਸੀਂ ਅਮਰੀਕਾ ਤੋਂ ਹੀ ਲਏ ਆ ਉਪ ਰਾਸ਼ਟਰਪਤੀ ਦਾ ਪਦ ਵੀ ਅਸੀਂ ਅਮਰੀਕਾ ਤੋਂ ਹੀ ਲਿਆ ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਵੀ ਅਸੀਂ ਅਮਰੀਕਾ ਤੋਂ ਹੀ ਲਈ ਆ ਆਪਸ਼ਨ ਨੰਬਰ ਡੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਠੀਕ ਹੈ ਨੈਕਸਟ ਕੁਐਸਚਨ ਕਰਦੇ ਆਂ ਜੀ ਅਸੀਂ ਸੰਘਾਤਮਕ ਸ਼ਾਸਨ ਵਿਵਸਥਾ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਲਈ ਗਈ ਆ ਹਾਂਜੀ ਸੰਘਾਤਮਕ ਸ਼ਾਸਨ ਵਿਵਸਥਾ ਸੰਵਿਧਾਨ ਦੇ ਵਿੱਚ ਕਿਹੜੇ ਦੇਸ਼ ਤੋਂ ਲਈ ਗਈ ਹੈ ਕੈਨੇਡਾ ਤੋਂ ਲਈ ਗਈ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਠੀਕ ਹੈ ਇਸ ਤੋਂ ਇਲਾਵਾ ਕੈਨੇਡਾ ਤੋਂ ਅਸੀਂ ਬਿੱਲ ਸੁਰੱਖਿਆਤ ਰੱਖਣਾ ਕੇਂਦਰ ਅਤੇ ਰਾਜ ਸਰਕਾਰ ਵਿੱਚ ਸੰਬੰਧ ਤੇ ਰੈਜ਼ਿਡਿਊਲ ਪਾਵਰ ਇਹ ਵੀ ਅਸੀਂ ਅਮਰੀਕਾ ਕੈਨੇਡਾ ਤੋਂ ਹੀ ਅਡਾਪਟ ਕੀਤੀ ਹੈ ਇਹ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਕੁਐਸਚਨ ਹੈ ਇਹ ਤੁਹਾਨੂੰ ਟਫ ਜ਼ਰੂਰ ਲੱਗਣ ਸਕਦੇ ਆ ਪਰ ਇੰਪੋਰਟੈਂਟ ਆ ਨੈਕਸਟ ਕੁਐਸ਼ਨ ਹੈ ਜੀ ਭਾਰਤ ਦੇ ਸੰਵਿਧਾਨ ਵਿੱਚ 5 ਸਾਲੀ ਯੋਜਨਾ ਕਿਹੜੇ ਦੇਸ਼ ਤੋਂ ਲਈ ਗਈ ਆ ਹਾਂਜੀ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੀ 5 ਸਾਲੀ ਯੋਜਨਾਵਾਂ ਇਹ ਅਸੀਂ ਰੂਸ ਤੋਂ ਲਈ ਆ ਆਪਸ਼ਨ ਨੰਬਰ ਡੀ ਇਜ਼ ਆ ਰਾਈਟ ਆਂਸਰ ਰੂਸ ਤੋਂ ਹੀ ਅਸੀਂ ਮੂਲ ਕਰਤੱਬ ਲਿਆ ਹੁਣ ਇੱਥੇ ਯਾਦ ਰੱਖਣਾ ਮੂਲ ਕਰਤੱਬਤਾ ਅਸੀਂ ਰੂਸ ਤੋਂ ਲਿਆ ਪਰ ਮੂਲ ਅਧਿਕਾਰ ਅਸੀਂ ਅਮਰੀਕਾ ਤੋਂ ਲਈ ਆ ਫਰਾਂਸ ਦੀ ਗੱਲ ਕਰੀਏ ਜੇ ਅਸੀਂ ਫਰਾਂਸ ਤੋਂ ਅਸੀਂ ਗਨਤੰਤਰ ਸਸ਼ਾਸਨ ਵਿਵਸਥਾ ਲਈ ਆ ਜਪਾਨ ਤੋਂ ਅਸੀਂ ਕਾਨੂੰਨ ਵਿਧੀ ਦੁਆਰਾ ਸਥਾਪਿਤ ਕਰਨਾ ਲਿਆਵਾ ਠੀਕ ਹੈ ਨੈਕਸਟ ਕੁਐਸਚਨ ਕਰ ਲੈਂਦੇ ਆ ਜੀ ਕਿਹੜੇ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ 18 ਸਾਲ ਕਰ ਦਿੱਤਾ ਗਿਆ ਹਾਂਜੀ ਆਪਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਰਟੀਕਲ 61 ਦੇ ਅਕੋਰਡਿੰਗ ਜਿਹੜਾ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ 18 ਸਾਲ ਕਰ ਦਿੱਤਾ ਗਿਆ ਹੈ ਨੈਕਸਟ ਕੁਐਸ਼ਨ ਕਰਦੇ ਆਂ ਜੀ ਅਸੀਂ ਬ੍ਰਿਟਿਸ਼ ਸਰਕਾਰ ਨੇ ਸੰਵਿਧਾਨ ਸਭਾ ਦੀ ਮੰਗ ਨੂੰ ਪਹਿਲੀ ਵਾਰ ਅਧਿਕਾਰਿਕ ਰੂਪ ਨਾਲ ਕਦੋਂ ਸਵੀਕਾਰ ਕੀਤਾ ਸੀ ਹਾਂਜੀ ਬ੍ਰਿਟਿਸ਼ ਸਰਕਾਰ ਨੇ ਸੰਵਿਧਾਨ ਸਭਾ ਦੀ ਮੰਗ ਨੂੰ ਪਹਿਲੀ ਵਾਰ ਅਧਿਕਾਰਿਕ ਰੂਪ ਤੋਂ ਸਵੀਕਾਰ ਕੀਤਾ ਸੀ 1946 ਦੇ ਵਿੱਚ ਆਪਸ਼ਨ ਇਸ ਕੁਐਸ਼ਨ ਦਾ ਡੀ ਰਾਈਟ ਆਂਸਰ ਹੈ ਠੀਕ ਹੈ ਜੀ ਨੈਕਸਟ ਕੁਐਸ਼ਨ ਕਰ ਲੈਂਦੇ ਆਂ ਅਸੀਂ ਭਾਰਤ ਦੇ ਸੰਵਿਧਾਨ ਵਿੱਚ ਨਿਆਅ ਸ਼ਬਦ ਨੂੰ ਕਿੱਥੇ ਜੋੜਿਆ ਗਿਆ ਹੈ ਹਾਂਜੀ ਭਾਰਤ ਦੇ ਸੰਵਿਧਾਨ ਵਿੱਚ ਨਿਆ ਸ਼ਬਦ ਨੂੰ ਪ੍ਰਸਤਾਵਨਾ ਦੇ ਵਿੱਚ ਜੋੜਿਆ ਗਿਆ ਹੈ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਕਿ ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਤਾਂ ਸੰਵਿਧਾਨ ਦੀ ਕੁੰਜੀ ਪ੍ਰਸਤਾਵਨਾ ਨੂੰ ਹੀ ਕਿਹਾ ਜਾਂਦਾ ਹੈ ਠੀਕ ਹੈ ਨੈਕਸਟ ਕੁਐਸਚਨ ਕਰਦੇ ਹਾਂ ਜੀ ਸੰਵਿਧਾਨ ਦੇ ਕਿਹੜੀ ਅਨੁਸੂਚੀ ਦੇ ਵਿੱਚ ਵਤਨ ਅਤੇ ਬੈਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਆ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ B ਦੂਜੀ ਅਨੁਸੂਚੀ ਦੇ ਵਿੱਚ ਵਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਆ ਤੇ ਪਹਿਲੀ ਸੂਚੀ ਦੇ ਵਿੱਚ ਕੀ ਮਿਲਦਾ ਵਾ ਪਹਿਲੀ ਅਨੁਸੂਚੀ ਦੇ ਵਿੱਚ ਭਾਰਤ ਸੰਘ ਅਤੇ ਰਾਜਾਂ ਦੇ ਖੇਤਰਾਂ ਦੇ ਬਾਰੇ ਜਾਣਕਾਰੀ ਮਿਲਦੀ ਆ ਦੂਸਰੀ ਸੂਚੀ ਦੇ ਵਿੱਚ ਵਤਨ ਅਤੇ ਪੈਨਸ਼ਨ ਸੰਬੰਧੀ ਜਾਣਕਾਰੀ ਮਿਲਦੀ ਆ ਤੀਸਰੀ ਅਨੁਸੂਚੀ ਦੇ ਵਿੱਚ ਸੌ ਚੁੱਕਣ ਸੰਬੰਧੀ ਜਾਣਕਾਰੀ ਮਿਲਦੀ ਆ ਅਤੇ ਪੰਜਵੀਂ ਅਨੁਸੂਚੀ ਦੇ ਵਿੱਚ ਅਨਸੂਚਿਤ ਜਨਜਾਤੀਆਂ ਦੇ ਸ਼ਾਸਨ ਪ੍ਰਬੰਧ ਦੀ ਜਾਣਕਾਰੀ ਮਿਲਦੀ ਹੈ ਠੀਕ ਹੈ ਟੋਟਲ ਕਿੰਨੀਆਂ ਅਨੁਸੂਚੀਆਂ 12 ਤੇ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਸ ਸਮੇ ਕਿੰਨੀਆਂ ਅਨੁਸੂਚੀਆਂ ਹਾਂਜੀ ਉਸ ਸਮੇ ਕਿੰਨੀਆਂ ਅਨੁਸੂਚੀਆਂ ਸੀ 8 ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਅਸੀਂ ਹਾਂਜੀ ਨੈਕਸਟ ਕੁਐਸਚਨ ਹੈ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਪਚਾਇਤੀ ਰਾਜ ਸੰਬੰਧੀ ਜਾਣਕਾਰੀ ਮਿਲਦੀ ਆ ਹਾਂਜੀ ਸੰਵਿਧਾਨ ਦੀ 11ਵੀਂ ਅਨੁਸੂਚੀ ਦੇ ਵਿੱਚ ਪਚਾਇਤੀ ਰਾਜ ਸੰਬੰਧੀ ਜਾਣਕਾਰੀ ਮਿਲਦੀ ਆ ਠੀਕ ਹੈ ਜਿੱਦਾਂ ਅਸੀਂ ਗੱਲ ਕਰੀਏ 8ਵੀਂ ਅਨੁਸੂਚੀ ਦੀ ਤਾਂ 8ਵੀਂ ਅਨੁਸੂਚੀ ਦੇ ਵਿੱਚ 22 ਭਾਸ਼ਾਵਾਂ ਦੇ ਸੰਬੰਧੀ ਜਾਣਕਾਰੀ ਮਿਲਦੀ ਆ ਜੋ ਇੰਪੋਰਟੈਂਟ ਆ ਉਹ ਹੀ ਤੁਹਾਨੂੰ ਦੱਸ ਰਹੀ ਆ 10ਵੀਂ ਅਨੁਸੂਚੀ ਦੇ ਵਿੱਚ ਦਲ ਬਦਲਣ ਦੇ ਸੰਬੰਧੀ ਜਾਣਕਾਰੀ ਮਿਲਦੀ ਆ ਠੀਕ ਹੈ 10ਵੀਂ ਦੇ ਵਿੱਚ ਤੇ 12ਵੀਂ ਦੇ ਵਿੱਚ ਕੀ ਮਿਲਦਾ ਸਹਿਰੀ ਖੇਤਰ ਦੇ ਸਥਾਨੀ ਸ਼ਾਸਨ ਸੰਬੰਧੀ ਜਾਣਕਾਰੀ ਮਿਲਦੀ ਆ ਨੈਕਸਟ ਕੁਐਸ਼ਨ ਹੈ ਜੀ ਸੰਵਿਧਾਨ ਦਾ ਕਿਹੜਾ ਭਾਗ ਨਾਗਰਿਕਤਾ ਸੰਬੰਧੀ ਜਾਣਕਾਰੀ ਦਿੰਦਾ ਹੈ ਹਾਂਜੀ ਸੰਵਿਧਾਨ ਦਾ ਭਾਗ 2 ਨਾਗਰਿਕਤਾ ਦੇ ਸੰਬੰਧੀ ਜਾਣਕਾਰੀ ਦਿੰਦਾ ਹੈ ਠੀਕ ਹੈ ਆਪਸ਼ਨ ਨੰਬਰ A ਇਸ ਆ ਰਾਈਟ ਆਨਸਰ ਨਾਗਰੀਕਾ ਸੰਬੰਧੀ ਜਾਣਕਾਰੀ ਅਨੁਸ਼ੇਦ 5 ਤੋਂ 11 ਦੇ ਵਿੱਚ ਮਿਲਦੀ ਹੈ ਹੁਣ ਮੈਂ ਤੁਹਾਨੂੰ ਇਹ ਦੱਸ ਦਿੰਨੀ ਹਾਂ ਅਨੁਸ਼ੇਦ ਦੇ ਬਾਰੇ ਦੱਸ ਦਿੰਨੀ ਹਾਂ 5 ਤੋਂ 11 ਠੀਕ ਹੈ ਮੂਲ ਅਧਿਕਾਰਾਂ ਸੰਬੰਧੀ ਜਾਣਕਾਰੀ 12 ਤੋਂ 35 ਦੇ ਵਿੱਚ ਮਿਲਦੀ ਹੈ ਇਹਦੇ ਵਿੱਚ ਮਿਲਦੀ ਆ 12 ਤੋਂ 35 ਦੇ ਵਿੱਚ ਮੂਲ ਅਧਿਕਾਰ ਤੇ ਮੂਲ ਕਰਤੱਬਾਂ ਸੰਬੰਧੀ ਜਾਣਕਾਰੀ 51 ਦੇ ਵਿੱਚ ਮਿਲਦੀ ਆ 51A ਦੇ ਵਿੱਚ ਆਰਟੀਕਲ ਠੀਕ ਹੈ ਜਿਨ੍ਹਾਂ ਦੀ ਗਿਣਤੀ ਕਿੰਨੀ ਆ 11 ਇਸ ਤੋਂ ਇਲਾਵਾ ਰਾਜਾਂ ਦੀ ਨੀਤੀ ਤੇ ਨਿਰਦੇਸ਼ ਤਤਾਂ ਦੀ ਜਾਣਕਾਰੀ ਆਰਟੀਕਲ 36 ਤੋਂ 51 ਦੇ ਵਿੱਚ ਮਿਲਦੀ ਆ ਨੈਕਸਟ ਕੁਐਸਚਨ ਹੈ ਜੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਰਾਜ ਭਾਸ਼ਾ ਦੀ ਜਾਣਕਾਰੀ ਦਿੱਤੀ ਗਈ ਆ ਹਾਂਜੀ ਸੰਵਿਧਾਨ ਦੇ ਭਾਗ ਨੰਬਰ 17 ਦੇ ਵਿੱਚ ਰਾਜ ਭਾਸ਼ਾ ਦੀ ਜਾਣਕਾਰੀ ਦਿੱਤੀ ਗਈ ਆ ਇਸ ਤੋਂ ਇਲਾਵਾ 18 ਦੇ ਵਿੱਚ ਆਪਾਤਕਾਲ ਸੰਬੰਧੀ ਜਾਣਕਾਰੀ ਦਿੱਤੀ ਗਈ ਆ 15 ਦੇ ਵਿੱਚ ਨਿਰਵਾਚਕ ਅਯੋਗ ਸੰਬੰਧੀ ਜਾਣਕਾਰੀ ਦਿੱਤੀ ਗਈ ਆ 20 ਦੇ ਵਿੱਚ ਸੰਵਿਧਾਨ ਸੰਸ਼ੋਧਨ ਸੰਬੰਧੀ ਜਾਣਕਾਰੀ ਦਿੱਤੀ ਗਈ ਆ ਭਾਗ 3 ਨੂੰ ਭਾਰਤ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਵਾ ਤੇ ਭਾਗ 9 ਦੇ ਵਿੱਚ ਪਚਾਇਤੀ ਰਾਜ ਸੰਬੰਧੀ ਜਾਣਕਾਰੀ ਦਿੱਤੀ ਗਈ ਆ ਠੀਕ ਹੈ ਜੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਕੈਬਨਿਟ ਮਿਸ਼ਨ ਯੋਜਨਾ ਦਾ ਗਠਨ ਕਦੋਂ ਹੋਇਆ ਸੀ ਹਾਂਜੀ ਕੈਬਨਿਟ ਮਿਸ਼ਨ ਯੋਜਨਾ ਇਹਦੇ ਬਾਰੇ ਤੁਸੀਂ ਸੁਣਿਆ ਹੋਣਾ ਇੰਪੋਰਟੈਂਟ ਹੈ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਇਹਨੂੰ ਖੁਦ ਅਟੈਂਪਟ ਕਰੋਗੇ ਹਾਂਜੀ ਕੈਬਨਿਟ ਮਿਸ਼ਨ ਯੋਜਨਾ ਮੈਂ ਜਿਹੜੀ ਇਹ ਸੰਵਿਧਾਨ ਤਿਆਰ ਹੋਣ ਤੋਂ ਪਹਿਲਾਂ ਉਹਦੀ ਮੀਟਿੰਗ ਤੋਂ ਪਹਿਲਾਂ ਬਣਾਈ ਗਈ ਸੀ 1946 ਦੇ ਵਿੱਚ ਆਪਸ਼ਨ ਇਸ ਕੁਐਸ਼ਨ ਦਾ ਏ ਰਾਈਟ ਆ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਆ ਨੈਕਸਟ ਕੁਐਸ਼ਨ ਐ ਜੀ ਗਠਨ ਸਮੇ ਸੰਵਿਧਾਨ ਸਭਾ ਦੇ ਕੋਲ ਕਿੰਨੇ ਮੈਂਬਰ ਸਨ ਹਾਂਜੀ ਜਦੋਂ ਸੰਵਿਧਾਨ ਸਭਾ ਦਾ ਗਠਨ ਹੋਇਆ ਸੀ ਤਾਂ ਉਸ ਸਮੇ ਸੰਵਿਧਾਨ ਸਭਾ ਦੇ ਕੋਲ 399 ਮੈਂਬਰ ਸੀ অপਸ਼ਨ ਇਸ ਕੁਸ਼ਚਨ ਦਾ ਸੀ ਰਾਈਟ ਹੈ ਠੀਕ ਹੈ 399 ਹਾਂਜੀ 292 ਮੈਂਬਰ ਬ੍ਰਿਟਿਸ਼ ਪ੍ਰਾਂਤਾਂ ਦੇ ਸੀ ਇਹਦੇ ਵਿੱਚ ਤੇ 93 ਮੈਂਬਰ ਆ ਜਿਹੜੇ ਉਹ ਦੇਸੀ ਰਿਆਸਤਾਂ ਦੇ ਸੀ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਸ਼ਚਨ ਕਰ ਲੈਣੇ ਆ ਆਂਤਰੀਮ ਸਰਕਾਰ ਦਾ ਗਠਨ ਕਿਸ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ ਹਾਂਜੀ ਆਂਤਰੀਮ ਸਰਕਾਰ ਦਾ ਗਠਨ ਸੁਬਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ অপਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਇਸ ਤੋਂ ਇਲਾਵਾ ਆਂਤਰੀਮ ਸਰਕਾਰ ਦਾ ਗਠਨ ਹੋਇਆ ਕਦੋਂ ਸੀ 2 ਸਤੰਬਰ 1946 ਦੇ ਵਿੱਚ ਹੋਇਆ ਸੀ ਤੇ ਇਸ ਸਰਕਾਰ ਵਿੱਚ ਮੁਸਲਿਮ ਨੇਤਾ ਜਿਹੜੇ ਸ਼ਾਮਿਲ ਨਹੀਂ ਕੀਤੇ ਗਏ ਸਨ ਠੀਕ ਹੈ ਹਾਂਜੀ ਤੁਹਾਨੂੰ ਕੁਛ ਨਹੀਂ ਆ ਸਕਦਾ ਵਾ ਕਿ ਕਿਹੜੀ ਸਰਕਾਰ ਵਿੱਚ ਮੁਸਲਮਨ ਨੇਤਾ ਸ਼ਾਮਿਲ ਨਹੀਂ ਕੀਤੇ ਗਏ ਸੀ ਤਾਂ ਅੰਤਰੀਮ ਸਰਕਾਰ ਦੇ ਵਿੱਚ ਨੈਕਸਟ ਕੁਐਸ਼ਨ ਸੰਵਿਧਾਨ ਸਭਾ ਦੀ ਬੈਠਕ ਦੇ ਅਸਥਾਈ ਚੇਅਰਮੈਨ ਕੌਣ ਸਨ ਦੇਖੋ ਅਸਥਾਈ ਲਿਖਿਆ ਅਸਥਾਈ ਚੇਅਰਮੈਨ ਸੀ ਡਾਕਟਰ ਸਚੀਦਾਨੰਦ सिन्हा ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਤੇ ਸੰਵਿਧਾਨ ਸਭਾ ਦੀ ਬੈਠਕ ਆ ਬੈਠਕ ਕਿਹੜੀ ਕਿਹੜੀ ਬੈਠਕ ਦੇ ਸੀ ਇਹ ਪਹਿਲੀ ਬੈਠਕ ਜਿਹੜੀ ਕਿ 9 ਦਸੰਬਰ 1946 ਦੇ ਵਿੱਚ ਹੋਈ ਸੀ ਉਸ ਦੇ ਅਸਥਾਈ ਚੇਅਰਮੈਨ ਸੀ ਡਾਕਟਰ ਸਚੀਦਾਨੰਦ सिन्हा ਅਤੇ ਦੂਸਰੀ ਬੈਠਕ 11 ਦਸੰਬਰ 1946 ਨੂੰ ਹੋਈ ਸੀ ਤੇ ਇਸ ਦੇ ਸਥਾਈ ਰੂਪ ਦੇ ਵਿੱਚ ਚੇਅਰਮੈਨ ਬਣਾ ਦਿੱਤੇ ਗਏ ਸੀ ਡਾਕਟਰ ਰਜਿੰਦਰ ਪ੍ਰਸਾਦ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਭਾਰਤੀ ਸੰਵਿਧਾਨ ਸਭਾ ਵਿੱਚ ਕੁੱਲ ਕਿੰਨੀਆਂ ਇਸਤਰੀਆਂ ਸਨ ਹਾਂਜੀ ਭਾਰਤੀ ਸੰਵਿਧਾਨ ਸਭਾ ਦੇ ਵਿੱਚ ਕੁੱਲ 15 ਇਸਤਰੀਆਂ ਸਨ ਨੈਕਸਟ ਕੁਐਸਚਨ ਹੈ ਜੀ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਲਗਭਗ ਕਿੰਨਾ ਸਮਾਂ ਲੱਗਿਆ ਸੀ ਹਾਂਜੀ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਦੇ ਵਿੱਚ ਲਗਭਗ ਲਿਖਿਆ ਨਾ ਲਗਭਗ 3 ਸਾਲ ਲੱਗੇ ਸੀ ਜੇਕਰ ਅਸੀਂ ਵੈਸੇ ਗੱਲ ਕਰੀਏ ਕਿ ਪੂਰਾ ਪੂਰਾ ਸਮਾਂ ਇਹਦਾ ਸਨਮਾਨ ਜਦੋਂ ਤਾਂ ਲਗਭਗ ਆ ਗਿਆ ਤੁਸੀਂ 3 ਸਾਲ ਹੀ ਟਿਕ ਕਰੋਗੇ ਜਦੋਂ ਲਗਭਗ ਨਾ ਹੋਵੇ ਤਾਂ ਤੁਸੀਂ ਕਿਹੜਾ ਕਿਹੜੀ ਆਪਸ਼ਨ ਹੋਗੀ ਤੁਹਾਡੇ ਕੋਲੇ 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਭਾਰਤ ਦੇ ਸੰਵਿਧਾਨ ਨੂੰ ਬਣ ਕੇ ਤਿਆਰ ਹੋਣ ਦੇ ਵਿੱਚ ਤੇ ਖਰਚਾ ਕਿੰਨਾ ਆਇਆ ਸੀ ਖਰਚਾ ਆਇਆ ਸੀ 6.4 ਕਰੋੜ ਦਾ ਠੀਕ ਹੈ ਤੇ ਭਾਰਤੀ ਸੰਵਿਧਾਨ 26 ਨਵੰਬਰ 1900 26 ਨਵੰਬਰ 1949 ਈਸਵੀ ਨੂੰ ਬਣ ਕੇ ਤਿਆਰ ਹੋ ਗਿਆ ਸੀ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਇਸ ਵੀਡੀਓ ਦਾ ਲਾਸਟ ਕੁਐਸਚਨ ਸੰਵਿਧਾਨ ਸਭਾ ਦਾ ਸਰੂਪ ਤਿਆਰ ਕਰਨ ਵਿੱਚ ਕੁੱਲ ਕਿੰਨੇ ਦਿਨ ਬਹਿਸ ਹੋਈ ਸੀ ਹੁਣ ਬਹਿਸ ਦੀ ਗੱਲ ਹੋਈ ਆ ਤਾਂ ਬਹਿਸ ਹੋਈ ਸੀ 114 ਦਿਨ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਉਮੀਦ ਕਰਦੀ ਆ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ